ਗੁੱਡ ਈਵਨਿੰਗ एवरीवन ਗੁੱਡ ਈਵਨਿੰਗ एवरीवन ਇੱਕ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ ਇੱਕ ਰਿਗਾਰਡਿੰਗ ਇੱਕ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ ਹਾਂ ਰਿਗਾਰਡਿੰਗ ਜਿਨ੍ਹਾਂ ਨੇ 11th ਕਲਾਸ ਦੇ ਵਿੱਚ ਹੋਣਾ ਹੈ ਪੰਜਾਬ ਗਵਰਨਮੈਂਟ ਨੇ ਇੱਕ ਰੈਜ਼ੀਡੈਂਸ਼ੀਅਲ ਸਕੂਲ ਖੋਲੇ ਹੋਏ ਨੇ ਮੈਰੀਟੋਰੀਅ ਸਕੂਲ ਜਿਸ ਚ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਜਾਂਦੀ ਹੈ ਹੁਣ ਐਵੇਂ ਇੱਕ ਸੈਂਟਰਲ ਗਵਰਨਮੈਂਟ ਨੇ ਵੀ ਕੁਝ ਸਕੂਲਸ ਖੋਲੇ ਹੋਏ ਨੇ ਜਿੱਥੇ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਰੈਜ਼ੀਡੈਂਸ਼ੀਅਲ ਸਕੂਲਸ ਨੇ ਤੇ ਜਿਹੜਾ ਇਹਦੇ ਵਿੱਚ ਬੋਰਡ ਹੈਗੇ ਜੀ CBSE ਬੋਰਡ ਦੁਆਰਾ ਪੜ੍ਹਾਈ ਕਰਾਈ ਜਾਂਦੀ ਹੈ ਜਿਵੇਂ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਉੱਥੇ CBSE ਬੋਰਡ ਦੁਆਰਾ ਪੜ੍ਹਾਈ ਕਰਾਈ ਜਾਂਦਾ ਹੈ ਤੇ ਇਹਦਾ ਟੈਸਟ ਲੈਣਾ ਇਹ ਇਹਦੇ ਲਈ ਇੱਕ ਟੈਸਟ ਹੁੰਦਾ ਹੈ ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਇਹ ਟੈਸਟ ਲੈਂਦੀ ਹੈ NTA ਟੈਸਟ ਲੈਂਦੀ ਹੈ ਤੇ ਇਹਦੇ ਵਿੱਚ ਪੂਰੇ ਆਲ ਓਵਰ ਇੰਡੀਆ 3000 ਸੀਟਸ ਨੇ ਜੇ ਕਿਸੇ ਬੱਚੇ ਨੇ 11th ਕਲਾਸ ਦੇ ਵਿੱਚ ਯਾ 9th ਕਲਾਸ ਦੇ ਵਿੱਚ ਐਡਮਿਸ਼ਨ ਲੈਣੀ ਆ ਉਹਨਾਂ ਲਈ ਇਹ 3000 ਸੀਟਸ ਨੇ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਤੇ ਇਹ ਫੁੱਲੀ ਫੰਡਡ ਹੈ ਜਿਵੇਂ ਆਪਣੇ ਪੰਜਾਬ ਦੇ ਸਕੂਲ ਮੈਰਿਟੋਰੀਅ ਸਕੂਲ ਫੰਡਡ ਹੈ ਪੰਜਾਬ ਗਵਰਨਮੈਂਟ ਦੁਆਰਾ ਇਹ ਫੁੱਲੀ ਫੰਡਡ ਹੈ ਸੈਂਟਰਲ ਗਵਰਨਮੈਂਟ ਦੁਆਰਾ ਤੇ ਇਹ ਟੈਸਟ ਦਾ ਨਾਮ ਕੀ ਹੈ ਇਹ ਸ਼੍ਰੇਸ਼ਟਾ ਸ਼੍ਰੇਸ਼ਟਾ ਟੈਸਟ ਐ ਨੈਸ਼ਨਲ ਐਂਟ੍ਰੈਂਸ ਟੈਸਟ ਫੋਰ ਸ਼੍ਰੇਸ਼ਟਾ ਜਿਹੜੇ ਬਹੁਤ ਇੰਟੈਲੀਜੈਂਟ ਬੱਚੇ ਨੇ ਉਹਨਾਂ ਲਈ ਨੈਸ਼ਨਲ ਐਂਟ੍ਰਾਂਸ ਟੈਸਟ ਫੋਰ ਸ਼੍ਰੇਸ਼ਟਾ ਠੀਕ ਹੈ ਜੀ ਕਿੰਨੀਆਂ ਸੀਟਾਂ ਨੇ 3000 ਸੀਟਾਂ ਨੇ 올ਓਵਰ ਪੰਜਾਬ ਇੰਡੀਆ ਦੇ ਵਿੱਚ ਤੇ ਕਿਹਦੇ ਚ ਐਡਮਿਸ਼ਨ ਲਈ ਇੱਕ 9th ਕਲਾਸ ਦੇ ਵਿੱਚ ਕਿ 11th ਮੈਂ ਪ੍ਰਿਫਰ ਕਰੂੰਗਾ ਕਿ ਬੱਚੇ 11th ਕਲਾਸ 10th ਕਲਾਸ ਜਿਹੜੇ ਪੜ੍ਹਦੇ ਨੇ ਉਹ ਜ਼ਰੂਰ ਅਪਲਾਈ ਕਰਨ ਕਿਉਂਕਿ ਉਹਨਾਂ ਲਈ ਇਹ 골ਡਨ ਓਪਰਚ्युनिटी ਹੈ ਕਿ ਜਿਨ੍ਹਾਂ ਨੇ ਮੈਡੀਕਲ ਨਾਨ ਮੈਡੀਕਲ ਆਰਸੀਆ ਕਮਰਸ ਵਗੈਰਾ ਲੈਣਾ ਉਹਨਾਂ ਲਈ ਠੀਕ ਹੈ ਜੀ ਤੇ ਪਹਿਲੀ ਗੱਲ ਹੈ ਇਹਦਾ ਪੇਪਰ ਹੁੰਦਾ ਹੁੰਦਾ ਹੈ ਉਹ ਪੇਪਰ 7 ਮਈ ਨੂੰ ਹੋਣਾ ਹੈ ਤੇ ਇਹ ਪੇਪਰ ਸਾਰੇ ਸਟੇਟਸ ਦੇ ਵਿੱਚ ਹੋਣਾ ਹੈ ਇੰਗਲਿਸ਼ ਤੇ ਹਿੰਦੀ మీడియం ਦੇ ਪੇਪਰ ਹੋਊਗਾ ਪੰਜਾਬੀ మీడియం ਚ ਪੇਪਰ ਨਹੀਂ ਹੋਣਾ ਤੇ ਇਹਦੀ ਐਲੀਜੀਬਿਲਟੀ ਕੀ ਹੈ ਕਿ ਬੱਚਾ ਜਿਨੇ 9 ਚ ਐਡਮਿਸ਼ਨ ਲੈਣੀ ਹੈ ਉਹ 8th ਦੇ ਵਿੱਚ SC ਕੈਟਾਗਰੀ ਦਾ ਹੋਣਾ ਚਾਹੀਦਾ ਇਹ ਜਰਨਲ ਕੈਟਾਗਰੀ ਵਾਲਿਆਂ ਲਈ ਨਹੀਂ ਹੈ SC ਕੈਟਾਗਰੀ ਵਾਲਿਆਂ ਲਈ ਹੈ 8th ਦੇ ਲਈ ਤੇ 10th ਕਲਾਸ ਦੇ ਸਟੂਡੈਂਟ ਜਿਹੜੇ ਕਿ ਐਟ ਪ੍ਰੈਜ਼ੈਂਟ 10th ਦੇ ਵਿੱਚ ਪੇਪਰ ਦੇ ਰਹੇ ਨੇ ਉਹਨਾਂ ਲਈ SC ਕੈਟਾਗਰੀ ਦੇ ਵਿਦਿਆਰਥੀ ਹੋਣ ਉਹਨਾਂ ਲਈ ਇਹ ਸਕੂਲਸ ਨੇ ਠੀਕ ਹੈ ਤੇ ਉਹਨਾਂ ਦੀ ਪੇਰੈਂਟਸ ਦੀ ਕਮਟਾਈ ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੇ ਕੀ ਕਰਨਾ ਹੈ ਆਨਲਾਈਨ ਪੋਰਟਲ ਦੇ ਉੱਤੇ ਅਪਲਾਈ ਕਰਨਾ ਹੈ ਤੇ ਫ੍ਰੀ ਆਫ ਕਾਸਟ ਫਾਰਮ ਹੈ ਜੀ ਕੋਈ ਪੈਸਾ ਨਹੀਂ ਹੈ ਜਦ ਕੀ ਜਿਹੜੇ ਮੈਰੀਟੋਰੀਅਨ ਸਕੂਲ ਪੰਜਾਬ ਚ ਖੁੱਲੇ ਹੋਏ ਨੇ ਉਹਨਾਂ ਲਈ 250 ਰੁਪਿਆ ਐਂਟ੍ਰੈਸ ਐਗਜ਼ਾਮੀਨੇਸ਼ਨ ਲਿਖਿਆ ਹੋਇਆ ਇੱਥੇ ਕੋਈ ਐਗਜ਼ਾਮੀਨੇਸ਼ਨ ਫੀਸ ਨਹੀਂ ਹੈ ਤੇ 14 ਤੇ ਇਹ ਫਾਰਮ ਦੀ ਲਾਸਟ ਡੇਟ ਕਿੰਨੀ ਹੈ ਜੀ 14 April ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਰਾਤ ਓਪਨ ਫਰੋਮ ਥਿਸ ਟੂ 14 April ਤੱਕ ਅਪਲਾਈ ਕਰ ਸਕਦੇ ਹੋ ਤੇ ਰਿਜ਼ਲਟ 20th May ਨੂੰ ਆਣਾ ਤੇ ਪੇਪਰ ਆਨਲਾਈਨ ਹੋਣਾ ਹੈ ਜੀ ਆਨਲਾਈਨ ਦਾ ਮਤਲਬ ਇਹ ਨਹੀਂ ਘਰ ਬੈਠ ਕੇ ਹੋ ਜਾਣਾ ਕਿ ਤੁਹਾਨੂੰ ਉਹ ਟੈਸ ਸੈਂਟਰ ਅਲਾਟ ਕਰਨਗੇ ਉੱਥੇ ਜਾ ਕੇ ਤੁਹਾਡਾ ਕੰਪਿਊਟਰਾਈਜ਼ਡ ਪੇਪਰ ਹੋਊਗਾ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਤੇ ਜਿਹੜਾ ਰਿਜ਼ਲਟ ਹੈ 20 ਮਈ ਨੂੰ ਆਣਾ ਤੇ 21 ਮਈ ਤੋਂ ਆਨਲਾਈਨ ਹੀ ਕਾਉਂਸਲਿੰਗ ਸ਼ੁਰੂ ਹੋਇਆ ਕਰੂਗੀ ਜੀ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਗਾ ਤੇ ਮੈਂ ਫੇਰ ਪ੍ਰੈਫਰ ਕਰੂੰਗਾ ਕਿ ਪਲੱਸ 1 ਜਿਹੜੇ 10th ਸਟੂਡੈਂਟ ਨੇ ਉਹ ਇਹ ਪੇਪਰ ਜ਼ਰੂਰ ਅਪਲਾਈ ਕਰਨ ਠੀਕ ਹੈ ਜੀ 올디 ਵੈਰੀਬਲ ਸਾਰਿਆਂ ਨੂੰ ਬੇਟਾ ਤੇ ਬਾਕੀ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੇਟਾ ਜਲਦੀ ਤੋਂ ਜਲਦੀ ਠੀਕ ਹੈ ਤੇ ਆਪਣੇ ਕਲਾਸਮੇਟਸ ਨਾਲ ਆਪਣੇ ਸਟੂਡੈਂਟਸ ਨਾਲ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜੀ ਥੈਂਕ ਯੂ